اسلام علیکم، میں ہوں محمد عامر، آپ دیکھ رہے ہیں میرا یوٹیوب چینل 273 بلاگ۔ آپ جن سے نئی ویڈیو کے ساتھ خوش آمدید۔ آج میں پارٹن آیا مالٹا، تو این کہتے کینچی ہیں، تو اے ساڈے پٹے میں مالٹے صحیح ہے سارا کچھ۔ مالٹے اسی پٹائی کی ماشاء اللہ، زبردست مالٹے کٹائی ہوئے پہ تھوڑے سامنے اور تھوڑے اکھان کے سامنے، اے چیک کرو۔ تو ہوں بوٹے میں اے کٹائی کیتا، ٹھیک ہے، ہوں اے فلوٹ رہے ماشاء اللہ۔ تو اے ویکو جی، ਇਹਨੂੰ ਅਸੀਂ ਕਟਾਈ ਕਰਦੇ ਹਾਂ, ਇਹਨੂੰ ਕੈਂਚੀ ਪਾਉਂਦੇ, ਐਂ ਕਰਕੇ ਲਾ ਛੱਡਦੇ, ਉਹ ਥੱਲੇ ਪਿਆ ਹੋਇਆ ਜੀ, ਠੀਕ ਹੈ। ਬੂਟੇ ਦੇ ਨਾਲ ਪੱਤਾ ਅਸੀਂ ਜ਼ਰੂਰ ਥੋੜ੍ਹਾ ਸਾਰਾ ਛੱਡਦੇ ਹਾਂ ਤਾਂ ਕਿ ਨਾ ਫਰੂਟ ਸੋਹਣਾ ਵਿਕਦਾ। ਫਿਰ ਇਹ ਵੇਖੋ ਜੀ, ਬੜਾ ਖੂਬਸੂਰਤ ਇਸ ਬੂਟਾ ਹੀ, ਬਿਲਕੁਲ ਛੋਟਾ ਬੱਚਾ ਬੂਟਾ, ਅਤੇ ਉਹ ਨਾ 6-7 ਦਾਣੇ ਸ਼ਾਇਦ ਲੱਗੇ, ਜ਼ਿਆਦਾ ਹੋਣ ਪਟੀ ਜਾਂਦੇ ਨੇ ਆਲ ਟੂ ਆਲ, ਪਹਿਲੇ ਨਾ ਕੁਛ ਡਿੱਗ ਪੈਂਦੇ ਨੇ, ਕੁਛ ਪਟੀ ਜਾਂਦੇ, ਠੀਕ ਹੈ। ਅਤੇ ਇਹ ਵੇਖੋ ਹੁਣ ਇਹਨਾਂ ਦੀ ਕਟਾਈ ਹੋਣ ਲੱਗੀ, ਠੀਕ ਹੈ। ਅਤੇ ਮੈਂ ਕਾਫੀ ਜ਼ਿਆਦਾ ਮਤਲਬ ਇਸ ਚੀਜ਼ ਦੀ ਕਟਾਈ ਕਰ ਰਿਹਾ ਹਾਂ, ਸਾਡੇ ਨਾਲ ਹੋਰ ਲੇਬਰ ਵੀ ਲੱਗੀ ਹੋਈ, ਉਹ ਬੰਦੇ ਲੱਗੇ ਹਨ, ਕੋਈ ਇੱਕੋ ਜਗ੍ਹਾ ਚੁੱਕਦਾ ਪਿਆ, ਠੀਕ ਹੈ। 8-10 ਮਾਲਟੇ ਨੂੰ ਦੱਸਦੇ ਅਸੀਂ ਕਟਾਈ ਕਰ ਛੱਡਦੇ ਹਾਂ, ਐਂ ਜੀ ਅਸੀਂ ਬਿਲਕੁਲ ਸਾਫ਼ ਸਾਫ਼ ਕੰਮ ਕਰਦੇ ਹਾਂ, ਠੀਕ। ਹੁਣ ਇੱਥੇ ਕਾਫੀ ਜ਼ਿਆਦਾ ਮਾਲਟੇ ਪਏ ਹਨ ਜਿਹੜੇ ਲਾਉਂਦਾ ਪੈਂਦਾ, ਠੀਕ ਹੋ ਗਿਆ ਜੀ। ਅਤੇ ਜਿਹੜੇ ਬੰਦਿਆਂ ਨੂੰ ਸਾਡੀ ਵੀਡੀਓ ਪਸੰਦ ਆਈ, ਲਾਈਕ ਕਰਾਂ, ਸ਼ੇਅਰ ਕਰਾਂ, ਕਮੈਂਟ ਕਰਕੇ ਜ਼ਰੂਰ ਦੱਸਾਂ। ਅਤੇ ਮਾਲ ਤਾਂ ਆਉਂਦਾ ਅਸੀਂ ਡੇਰ ਲਾਈ ਪਏ ਹਾਂ ਨਾਲ ਹੀ ਉੱਧਰ ਹੀ, ਅਤੇ ਬੜਾ VIP ਕੰਮ ਹੈ ਮਾਸ਼ਾ, ਜ਼ਬਰਦਸਤ। ਹੁਣ ਉੱਤੇ ਥੋੜ੍ਹੇ ਸਾਰੇ ਮਾਲਟੇ ਰਹਿ ਗਏ, ਉਹ ਥੱਲੇ ਤੁਸੀਂ ਵੇਖ ਰਹੇ ਹੋ ਮੈਂ ਜਿਹੜੇ ਲਾਏ ਹਨ, ਠੀਕ ਹੈ। ਮਾਸ਼ਾ ਬੜਾ ਖੂਬਸੂਰਤ, ਅਸੀਂ ਉਹ ਡੇਰੀ ਲਾਈ ਪਏ ਹਾਂ, ਤਰਪਾਲ ਸ਼ੂਲ ਉਹ ਸਾਡੀ ਵਸ਼ੀਜੀ ਵੀ, ਅਤੇ ਉੱਥੇ ਅਸੀਂ ਡੇਰੀ ਲਾਈ ਪਏ ਹਾਂ। ਅਤੇ ਸ਼ਫਕਤ ਸਾਹਿਬ ਉਹ ਚੁੱਕ ਰਹੇ ਦੂਸਰਾ ਚੋਲੀ ਪਾ ਕੇ, ਅਤੇ ਦੂਸਰਾ ਨਾ ਚਲੋ ਇਹ ਕੇਰਾ ਇਕੱਠਾ ਕਰਦੇ ਪਏ, ਮਤਲਬ ਇਹਨਾਂ ਜਿਹਾ ਜਿਹੜਾ ਕੇਰਦੇ ਪਿਆ ਨਾ ਮਾਲਟਾ, ਉਹ ਇਕੱਠਾ ਕਰ ਰਹੇ। ਅਤੇ ਜਿਹਨਾਂ ਨੂੰ ਸਾਡੀ ਇਹ ਵੀਡੀਓ ਪਸੰਦ ਆਈ, ਲਾਈਕ ਕਰਨ, ਸ਼ੇਅਰ ਕਰਨ, ਕਮੈਂਟ ਕਰਕੇ ਜ਼ਰੂਰ ਦੱਸਣ। ਸਾਡੀ ਵੀਡੀਓ ਨੂੰ ਹੋਰ ਵੇਖਣ ਵਾਸਤੇ ਸਾਡੇ ਚੈਨਲ ਜ਼ਰੂਰ ਸਬਸਕ੍ਰਾਈਬ ਕਰੇ। ਅੱਲਾ ਹਾਫਿਜ਼।